ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਧਿਆਣਾ ਦੇ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਜਿਸਮ ਫਿਰੋਸੀ ਦਾ ਧੰਦਾ ਜ਼ੋਰਾਂ ਸ਼ੋਰਾਂ ਤੇ ਹੈ। ਸਥਾਨਕ ਲੋਕਾਂ ਵੱਲੋਂ ਇਲਜ਼ਾਮ ਨੇ ਕਿ ਨਾਬਾਲਿਗ ਲੜਕੀਆਂ ਨਸ਼ੇ ਦੀ ਪੂਰਤੀ ਤੇ ਕਮਾਈ ਲਈ ਸ਼ਾਮ ਬਾਅਦ ਇੱਥੇ ਇਕੱਠੀਆਂ ਹੋਣ ਲੱਗ ਪੈਂਦੀਆਂ ਨੇ ਤੇ ਰਾਤ ਭਰ ਜਿਸਮ ਦਾ ਧੰਦਾ ਕਰਕੇ ਨਸ਼ੇ ਦੀ ਪੂਰਤੀ ਕਰਦੀਆਂ ਨੇ ਤੇ ਮੁਸਾਫਰਾਂ ਦੇ ਨਾਲ ਲੁੱਟ ਖੋਹ ਵੀ ਕਰਦੀਆਂ ਨੇ। ਪਰੇਸ਼ਾਨ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਇਸ ਵੱਲ ਧਿਆਨ ਦੇਣ। ਕਿਉਂ ਘੁੰਮ ਰਹੇ ਹੋ? ਨਸ਼ਾ ਕਿਉਂ ਕਰਦੇ ਹੋ? ਤੇ ਨਸ਼ਾ ਛੱਡਣਾ ਚਾਹੁੰਦੇ ਹੋ? ਤੇ ਕਿਤੇ ਸਿਵਲ ਦੇ ਹਸਪੀਟਲ ਗਏ ਨਹੀਂ ਤੁਸੀਂ ਆਪਣਾ ਇਲਾਜ ਵਾਸਤੇ? ਕਿਉਂ ਕਿਉਂ ਨਹੀਂ ਗਏ? ਮੇਰੇ ਘਰ ਦੇ ਇੰਨੇ ਚੰਗੇ ਵੀ ਨਹੀਂ ਹੈਗੇ ਜਿਹੜੇ ਲੈ ਜਾਣਗੇ। ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੱਸ ਸਟੈਂਡ 'ਚ ਘੁੰਮਦੇ ਨੂੰ? ਦੋ ਸਾਲ ਬੱਸ ਸਟੈਂਡ 'ਚ ਹੀ ਰਹਿੰਦੇ ਹੋ? ਨਹੀਂ ਸ਼ਿਮਲਾਪੁਰ। ਸ਼ਿਮਲਾਪੁਰ ਹੀ ਰਹਿੰਦੇ? ਅੱਛਾ, ਲਗਭਗ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਨਸ਼ੇ ਦੀ ਆਦੀਆਂ ਨੇ ਇੱਥੋਂ? 10-15 ਹੋਣਗੀਆਂ। 10-15 ਕੁੜੀਆਂ? ਹਾਂਜੀ। ਤੇ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਅਪੀਲ ਕਰਨਾ ਚਾਹੁੰਦੇ ਸਾਡਾ ਨਸ਼ਾ ਛੁੱਟ ਜਾਵੇ, ਵਿੱਚ ਕੰਮ ਵੀ ਛੁੱਟ ਜਾਵੇ। ਕੰਮ ਵੀ ਛੁੱਟ ਜਾਵੇ? ਹਾਂ, ਕੁੜੀਆਂ ਇੱਥੇ ਲੁੱਟਾ ਖੋ ਕਰਦੀਆਂ, ਉਹ ਗਲਤ ਗੱਲ ਇੱਕ ਕਰਕੇ ਅਸੀਂ ਵੀ ਬਦਨਾਮ ਹੋ ਰਹੇ ਹਾਂ, ਕਰਦੀਆਂ ਵਾ ਲੁੱਟਾ ਖੋ, ਉਹ ਨਹੀਂ ਹਟਦੀ, ਕਰਦੀਆਂ ਡੇਲੀ। ਅੱਛਾ, ਡੇਲੀ ਉਹਨਾਂ ਨੂੰ ਕੁਝ ਕੋਈ ਕਹਿੰਦਾ ਹੋ? ਅੱਛਾ, ਹਾਂਜੀ। ਹੈ ਚਿੱਟਾ ਲੱਗ, ਚਿੱਟਾ ਤੇ ਚਿੱਟਾ ਕਿੱਥੋਂ ਮਿਲਦਾ ਤੁਹਾਨੂੰ? ਮਿਲਦਾ ਕਿ ਸ਼ਿਮਲਾ ਤੋਂ? ਹੈ ਸ਼ਿਮਲਾ ਤੋਂ? ਸ਼ਿਮਲਾ ਕਿੰਨੇ ਦੀ ਗ੍ਰਾਮੀ ਮਿਲਦੀ ਹੈ ਬੇਟੇ? 3500। 3500 ਦੀ ਗ੍ਰਾਮੀ ਦਿੰਦੇ ਨੇ? ਔਰ ਆਮ ਮਿਲਦਾ ਚਿੱਟਾ? ਇੱਥੇ ਮੁਸਾਫਰ ਬਾਹਰ ਆਉਂਦੇ ਜੀ, ਉਹਨਾਂ ਦੀ ਲੁੱਟ ਖੋਹ ਕਰਦੇ ਨੇ, ਲੁੱਟ ਖੋਹ ਕਰਦੇ ਨੇ, ਪਰੇ ਲੈ ਦੇ ਨਾਲ ਮੁੰਡੇ ਵੀ ਰਲੇ ਹੋਏ ਨੇਗੇ। ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਨੱਥ ਪਾਉਣੀ ਜੀ, ਜਾਂ ਇਹਨਾਂ ਨੂੰ ਚੱਕ ਕੇ ਜੇਲ੍ਹ 'ਚ ਭੇਜਣ, ਜਾਂ ਇਹਨਾਂ ਨੂੰ ਸੈਂਟਰ 'ਚ ਭੇਜਣ ਚੱਕ ਕੇ ਜੀ। ਬਾਹਰੋਂ ਆਉਂਦੇ ਆ ਸੁੱਖੋ ਖੋਹਵਾਜ਼ ਹੋ ਜਾਂਦੀ ਆ, ਇੱਥੇ ਆ ਕੇ ਸਾਡੇ ਕੋਲ ਰੋਂਦੇ ਆ ਜੀ, ਸਾਡੀ ਲੁੱਟ ਖੋਹ ਹੋ ਗਈ। 8-9 ਕੁੜੀਆਂ ਹੈਗੀਆਂ ਇੱਥੇ ਜੀ। ਅੱਛਾ, ਇਹ ਸਾਰੀ ਨਸ਼ੇ ਦੀ ਆਦੀਆਂ ਨੇ? ਨਸ਼ੇ ਦੀ ਆਦੀਆਂ ਜੀ। ਬਸ ਜੀ, ਮੈਂ ਇਹੀ ਕਹਿਣਾ ਚਾਹੁੰਦਾ ਜੀ, ਇਹਨਾਂ ਨੂੰ ਨੱਥ ਪਾਈ ਜਾਵੇ ਕਿ ਜਿਹੜੀਆਂ ਇਹ ਕੁੜੀਆਂ ਨਸ਼ਾ ਨੁਸ਼ਾ ਕਰਦੀਆਂ, ਜਾਂ ਇਹਨਾਂ ਨੂੰ ਸੈਂਟਰ ਚਕਾਇਆ ਜਾਵੇ, ਜਾਂ ਇਹਨਾਂ ਦਾ ਨਸ਼ਾ ਛਡਾਇਆ ਜਾਵੇ ਕਿਸੇ ਤਰੀਕੇ ਵੀ। ਤੇ ਕੋਈ ਕੰਟਰੋਲ ਨਹੀਂ ਹੈ ਪੁਲਿਸ ਦਾ ਕੋਈ? ਕੱਲ੍ਹ ਪੁਲਿਸ ਜ਼ਰੂਰ ਆਉਂਦੀ, ਪੁਲਿਸ ਕਾਰਵਾਈ ਆਪਣੀ ਕਰਦੀ ਹੈ, ਜਦੋਂ ਪੁਲਿਸ ਆਉਂਦੀ ਹੈ ਭੱਜ ਜਾਂਦੀਆਂ। ਭੱਜ ਜਾਂਦੀਆਂ ਨੇ? ਹਾਂਜੀ, ਰੋਜ਼ ਨਿੱਤ ਨਵੀਆਂ, ਕਿਸੇ ਦੇ ਟੋਕਾ ਮਾਰੇ ਹੁੰਦਾ, ਕਿਸੇ ਦੇ ਕੁਛ ਮਾਰੇ ਹੁੰਦਾ। ਤੇ ਕੋਈ ਕੰਟਰੋਲ ਨਹੀਂ ਹੈ ਕਿਸੇ ਦਾ ਵੀ? ਕੋਈ ਕੰਟਰੋਲ ਨਹੀਂ ਹੈਗਾ, ਸਾਹਮਣੇ ਚੌਕੀ ਹੈਗੀ, ਤਾਂ ਵੀ ਕੰਟਰੋਲ ਨਹੀਂ, ਸਾਹਮਣੇ ਚੌਕੀ, ਉਹ ਉਹਨਾਂ ਦਾ ਕੰਮ ਉਧਰਲੀ ਸਾਈਡ, ਇਧਰਲਾ ਕੰਮ ਖੁੱਲ੍ਹਾ ਚੱਲਦਾ ਹੈਗਾ। ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ? ਸਰਕਾਰ ਮਾਨਸਾ ਦੀ ਸਰਕਾਰ ਬਹੁਤ ਵਧੀਆ ਸਰਕਾਰ ਹੈਗੀ, ਚੰਗਾ ਕੰਮ ਚੱਲ ਰਿਹਾ, ਚੱਲ ਠੀਕ ਹੈਗੀ, ਲੇਕਿਨ ਇਹਨਾਂ ਦੇ ਥੋੜ੍ਹੇ ਬਹੁਤ ਨੱਥ ਪਾ ਦੇਵੇ, ਠੀਕ ਹੈ। ਬਸ ਇਹ ਇੱਧਰ ਲੋਕੀ ਬੇਨਤੀ ਕਰਦੇ ਆ, ਮਾਤਾ ਭੈਣਾਂ ਸਾਰੀਆਂ ਸਵਾਰੀਆਂ ਆਉਂਦੀਆਂ, ਲੋਕੀ ਡਰਦੇ ਆ ਰਾਤ ਨੂੰ ਇਸ ਟਾਈਮ ਨੂੰ। ਜੇ ਕੋਈ ਘਰੇਲੂ ਕੁੜੀ ਆ ਕੇ ਖੜ ਜਾਵੇ, ਜੇ ਕੋਈ ਘਰੇਲੂ ਕੁੜੀ ਆ ਕੇ ਖੜ ਜਾਵੇ, ਕੋਈ ਸ਼ਰਾਬੀ ਕਬਾਬੀ ਹੋਗਾ, ਉਹਦੇ ਕੋਲ ਜਾ ਕੇ ਛੇੜਛਾੜੀ ਕਰਦੇ ਜੋ, ਹਾਂਜੀ ਕਹਿੰਦੇ ਚੱਲਣਾ ਜੀ, ਉੱਥੇ ਲੜਾਈ ਦਾ ਘਰ ਹੁੰਦਾ। ਰੈੱਡ ਲਾਈਟ ਦਾ ਏਰੀਆ ਬਣ ਗਿਆ ਆ ਸੋਜੋ। ਹਾਂਜੀ, ਰੈੱਡ ਲਾਈਟ ਏਰੀਆ ਬਣ ਗਿਆ, ਤਾਂ ਪੂਰਾ ਇੰਜਮਾ ਲੱਗਦਾ ਵੀ ਹੁਣ ਪੰਜਾਬ ਦੇ ਵੀ ਜੀਪੀ ਰੋਡ ਕਹਿ ਸਕਦੇ ਆਪਾਂ ਇਸ ਨੂੰ। ਬੜਿਆ ਹੋਇਆ ਜੀ, ਬੜਿਆ ਹੋਇਆ ਜੀਪੀ ਰੋਡ ਜੀ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਤਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ।
ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।